ਮੇਰਾ ਨਾਮ ਜਗਮੋਹਨ ਕਨੌਜੀਆ ਜੀ। 1 ਜੂਨ ਨੂੰ ਸਾਡੇ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ, ਉਹਨਾਂ ਦੇ ਮੁੱਦੇ ਨਜ਼ਰ ਮੈਂ ਅੱਜ 4 ਪਤੰਗਾਂ ਤਿਆਰ ਕੀਤੀਆਂ, ਜਿਨ੍ਹਾਂ ਵਿੱਚ 2 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਪਣਾ ਕਾਂਗਰਸ ਜਿਹੜੇ ਹੈਗੇ ਨੇ ਰਾਹੁਲ ਗਾਂਧੀ ਜੀ ਅਤੇ ਆਮ ਆਦਮੀ ਦੇ ਜਿਹੜੇ ਕੇਜਰੀਵਾਲ ਜੀ, ਮੈਂ ਉਹਨਾਂ ਦੀਆਂ ਪਤੰਗਾਂ ਬਣਾ ਕੇ ਹੱਥ ਜੋੜ ਕੇ ਉਹ ਵੋਟਾਂ ਮੰਗ ਰਹੇ ਹੋ ਅਤੇ ਪਤੰਗਾਂ ਦਾ ਲਿਖਿਆ ਵੋਟ ਫੋਰ ਮੀ, ਉਹਨਾਂ ਨੇ ਹੱਥ ਜੋੜ ਕੇ ਸਾਡੇ ਕੋਲੋਂ ਵੋਟਾਂ ਮੰਗ ਲਏ, ਅਤੇ ਮੈਂ ਜਿਹੜੇ ਸਾਡੇ ਪੰਜਾਬ ਦੇ ਨਿਵਾਸੀ ਉਹਨਾਂ ਅੱਗੇ ਬੇਨਤੀ ਕਰਦਾ ਕਿ ਵੋਟ ਜਿਹੜਾ ਸਾਡਾ ਅਧਿਕਾਰ ਹੀ ਨਹੀਂ ਹੈ, ਸਾਡੀ ਜ਼ਿੰਮੇਵਾਰੀ ਵੀ ਹੈ, ਜਿਹੜੀ ਵੋਟ ਸਾਨੂੰ ਜ਼ਰੂਰ ਪਾਉਣੀ ਚਾਹੀਦੀ, ਆਪਣੀ ਵੋਟ ਜਿਹੜੀ ਹੈ ਵੇਸਟ ਨਹੀਂ ਕਰਨੀ ਹੈ, 1 ਜੂਨ ਨੂੰ ਜਾ ਕੇ ਆਪਣੀਆਂ ਵੋਟਾਂ ਜ਼ਰੂਰ ਪਾਉਣੀ ਹੈ, ਕਿਉਂਕਿ ਅਸੀਂ ਧਿਆਨ ਨਾਲ ਆਪਣਾ ਲੀਡਰ ਚੁਣਨਾ, ਵੋਟ ਪਾ ਕੇ ਜਿਹੜਾ ਲੀਡਰ ਕਿ ਸਾਨੂੰ 5 ਸਾਲ ਬਾਅਦ ਤੱਕ ਸਾਡੇ ਕੰਮ ਸਵਾਰ ਸਕੇ। ਹਾਲੇ ਤਾਂ ਇਹ ਹੱਥ ਜੋੜਨੇ, ਮੁੜ ਕੇ 5 ਸਾਲ ਅਸੀਂ ਹੱਥ ਜੋੜਨੇ ਪੈਣਗੇ, ਇਹੋ ਜਿਹਾ ਕੋਈ ਨਾ ਅਸੀਂ ਕਰੀਏ ਕਿ ਇਹੋ ਜਿਹਾ ਉਪਰਾਲਾ ਕਰੀਏ ਕਿ ਸਾਡੀ ਜਿਹੜੀ ਇੱਕ ਇੱਕ ਵੋਟ ਸਾਡੇ ਕੰਮ ਹੈ ਅਤੇ ਸਾਡਾ ਜਿਹੜਾ ਚੁਣਿੰਦਾ ਜਿਹੜਾ ਲੀਡਰ ਹੈਗਾ ਚੁਣਿਆ ਜਾਵੇ ਅਤੇ ਉਹ ਸਾਡੇ 5 ਸਾਲ ਸਾਡੇ ਕੰਮ ਸਵਾਰ ਸਕਣ ਜੀ। ਇਹ ਗੁੱਡੀਆਂ ਦੇ ਵੱਖ ਵੱਖ ਸਲੋਗਨ ਲਿਖੇ, ਇਹਦਾ ਤੁਹਾਡਾ ਕੀ ਮਤਲਬ ਹੋਇਆ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਪਤੰਗਾਂ ਬਣਾ ਕੇ ਮੈਂ ਵੱਖਰਾ ਵੱਖਰਾ ਮੈਸੇਜ ਦੇ ਰਿਹਾ, ਇਹ ਮੈਸੇਜ ਦਿੱਤਾ ਕਿ ਜਿਹੜੀ ਵੋਟ ਹੈ ਸਾਡੀ ਬਹੁਤ ਕੀਮਤੀ ਹੈ, ਸਾਨੂੰ ਸ਼ਾਇਦ ਆਪਣੀ ਵੋਟ ਦੀ ਕੀਮਤ ਨਹੀਂ ਪਤਾ, ਸਾਡੀ ਵੋਟ ਬਹੁਤ ਕੀਮਤੀ ਹੈ, ਇਸ ਕਰਕੇ ਅਸੀਂ ਆਪਣੀ ਵੋਟ ਵੇਸਟ ਨਹੀਂ ਕਰਨਾ ਚਾਹੁੰਦੇ, ਤਾਂ ਉੱਥੇ ਮੈਂ ਸਲੋਗਨ ਕਾਫੀ ਲਿਖੇ ਹੋਏ ਨੇ ਕਿ ਜਿਹੜਾ ਸਾਡਾ ਮਤ ਹੈਗਾ ਸਾਨੂੰ ਜ਼ਰੂਰ ਉਪਯੋਗ ਕਰਨਾ ਚਾਹੀਦਾ, ਸਾਨੂੰ ਮਤਦਾਨ ਜ਼ਰੂਰ ਕਰਨਾ ਚਾਹੀਦਾ, ਸਾਡਾ ਅਧਿਕਾਰ ਨਹੀਂ ਸਾਡੀ ਜ਼ਿੰਮੇਵਾਰੀ ਹੈ, ਇਸ ਕਰਕੇ ਮੈਂ ਲੋਕਾਂ ਅੱਗੇ ਪੰਜਾਬ ਦੇ ਲੋਕਾਂ ਅੱਗੇ ਆਗਰਾ ਕੀਤਾ ਕਿ 1 ਜੂਨ ਨੂੰ ਵੱਧ ਚੜ੍ਹ ਕੇ ਵੋਟਾਂ ਪਾਓ ਅਤੇ ਜਿਹੜਾ ਆਪਣਾ ਮਨ ਪਸੰਦਾ ਜਿਹੜਾ ਲੀਡਰ ਹੈ ਉਹਨੂੰ ਅੱਛੀ ਵੋਟਾਂ ਨਾਲ ਜਿਤਾਓ ਅਤੇ ਜਿਹੜਾ ਕਿ 5 ਸਾਲ ਬਾਅਦ ਅਸੀਂ ਉਹ ਸਾਡੇ ਕੰਮ ਆ ਸਕਣ। ਇਹ ਪਤੰਗਾਂ ਬਣਾਉਣ 'ਚ ਜੀ ਮੈਨੂੰ 7 ਦਿਨ ਹੋ ਗਏ ਪਤੰਗਾਂ ਤਿਆਰ ਕਰਦੇ, 7 ਦਿਨਾਂ ਦੇ ਵਿੱਚ ਮੈਂ ਪਤੰਗਾਂ ਤਿਆਰ ਕਰਕੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤੰਗ ਬਣਾਈ ਹੈ, ਇਹਨਾਂ ਦੀ ਮੈਂ ਪਤੰਗ ਇਹਨਾਂ ਦੇ ਝੰਡੇ ਦੇ ਆਕਾਰ 'ਚ ਬਣਾਈ ਹੈ, ਅਤੇ ਰਾਹੁਲ ਗਾਂਧੀ ਜਿਹੜੀ ਪਤੰਗ ਹੈਗੀ ਉਹ ਤਿਰੰਗੇ ਦੇ ਵਿੱਚ ਹੀ ਉਹਨਾਂ ਦੀ ਪਤੰਗ ਤਿਆਰ ਕੀਤੀ ਹੈ, ਅਤੇ ਜਿਹੜੇ ਹਰੇ ਰੰਗ ਦੇ ਵਿੱਚ ਸ਼ਾਂਤੀ ਦਾ ਸੰਦੇਸ਼ ਹੈ ਉਹ 'ਚ ਮੈਂ ਜਿਹੜੀ ਕੇਜਰੀਵਾਲ ਜੀ ਦੀ ਪਤੰਗ ਬਣਾਈ ਹੈ, ਅਤੇ ਮੈਂ ਜਦੋਂ ਵੀ ਸਾਡੇ ਕੋਈ ਤਿਉਹਾਰ ਆਉਂਦਾ ਸਾਡੇ ਦੇਸ਼ ਵਿੱਚ ਕੋਈ ਖੁਸ਼ੀ ਦਾ ਮੌਕਾ ਆਉਂਦਾ ਤਾਂ ਮੈਂ ਪਤੰਗਾਂ ਜ਼ਰੂਰ ਬਣਾਉਂਦਾ, ਅਤੇ ਪਤੰਗਾਂ ਬਣਾ ਕੇ ਮੈਂ ਜਿਹੜੇ ਆਪਣੇ ਸੁਨੇਹ ਦਿੰਦਾ ਆਪਣੇ ਉਪਰਾਲੇ ਕਰਦਾ, ਪਤੰਗਾਂ ਬਣਾ ਕੇ ਸੁਨੇਹ ਦਿੰਦਾ ਲੋਕਾਂ ਦਾ ਖੁਸ਼ੀ ਦੇ ਸਾਰੇ ਸੁਨੇਹ ਭੇਜਦਾ, ਇਸ ਕਰਕੇ ਜਦੋਂ ਵੀ ਤਿਉਹਾਰ ਆਉਂਦਾ ਮੈਂ ਮੋਦੀ ਜੀ ਦੀ ਪਤੰਗ ਜ਼ਰੂਰ ਬਣਾਉਂਦਾ, ਇਸ ਕਰਕੇ ਵੋਟਾਂ ਦੇ ਵਿੱਚ ਮੈਂ ਨਰਿੰਦਰ ਮੋਦੀ ਦੀਆਂ 2 ਪਤੰਗਾਂ ਬਣਾਈਆਂ ਨੇ, ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 1 ਜੂਨ ਨੂੰ ਜਾ ਕੇ ਵੋਟ ਜ਼ਰੂਰ ਪਾਓ ਅਤੇ ਆਪਣਾ ਜਿਹੜਾ ਮਨ ਪਸੰਦ ਦਾ ਜਿਹੜਾ ਲੀਡਰ ਹੈਗਾ ਉਹਨੂੰ ਚੁਣੋ ਅਤੇ ਉਹਨਾਂ ਵਾਸਤੇ ਅਸੀਂ ਜਿਹੜਾ ਸਾਡੇ ਕੰਮ ਆ ਸਕੇ। ਮੈਂ ਜੀ ਇਹ ਕਹਿੰਦਾ ਕਿ ਸਾਨੂੰ ਵੋਟ ਜਿਹੜੀ ਲਾਲਚ ਕਰਕੇ ਨਹੀਂ ਦੇਣੀ ਚਾਹੀਦੀ, ਮੁੜ ਕੇ 5 ਸਾਲ ਅਸੀਂ ਬਹੁਤ ਪਛਤਾਉਂਦੇ ਹਾਂ ਕਿ ਅਸੀਂ ਜਿਹੜਾ ਗਲਤ ਸਟੈਪ ਚੱਕ ਲਿਆ, ਅਸੀਂ ਗਲਤ ਵੋਟ ਪਾਤੀ, ਇਸ ਕਰਕੇ ਜਿਹੜੀ ਸੱਚਾਈ ਨਾਲ ਵੋਟ ਪਾਓ, ਸੱਚੇ ਮਨ ਨਾਲ ਵੋਟ ਪਾਓ, ਜਿਹੜਾ ਕਿ ਸਾਨੂੰ ਬਾਅਦ 'ਚੋਂ ਚੁੱਪ ਨਾ ਹੋਵੇ ਕਿ ਅਸੀਂ ਗਲਤ ਨੇਤਾ ਚੁਣ ਲਿਆ ਅਤੇ 5 ਸਾਲ ਹੁਣ ਸਾਨੂੰ ਹੱਥ ਜੋੜਨੇ ਪੈਣੇ, ਇਸ ਕਰਕੇ ਜਿਹੜੇ ਆਪਣੀ ਵੋਟ ਹੈ ਨਾ ਸੱਚਾਈ ਨਾਲ ਪਾਓ, ਬਗੈਰ ਲਾਲਚ ਤੋਂ ਪਾਓ, ਆਪਣਾ ਟਾਈਮ ਭਾਵੇਂ ਖਰਾਬ ਕਰਕੇ ਸਭ ਤੋਂ ਪਹਿਲਾਂ ਵੋਟ ਪਾਓ, ਬਾਕੀ ਕੰਮ ਬਾਅਦ 'ਚੋਂ ਕਰੋ।